ਅਤੇ ਸਾਡੇ ਨਗਰੋਂ ਸਾਡੀ ਸਾਰੀ ਜਨਤਾ ਨੂੰ ਆਲ ਇੰਡੀਆ ਵੱਲੋਂ ਸਪੋਰਟ ਪਿਆਰ ਸਾਨੂੰ ਮਿਲਿਆ ਅਤੇ ਫਿਰ ਹੀ ਆਫਤਾਬ ਵਿਨਰ ਬਣਿਆ। ਇਹ ਸਾਰੀ ਜਨਤਾ ਨੇ ਵਿਨਰ ਬਣਾਇਆ ਆਫਤਾਬ ਨੂੰ, ਅਤੇ ਜਨਤਾ ਵਾਸਤੇ ਹੀ ਆਫਤਾਬ ਵਿਨਰ ਬਣਿਆ। ਸਾਡੇ ਪਿੰਡੋਂ ਸਪੋਰਟ ਕਾਫੀ ਸਾਨੂੰ ਮਿਲੀ, ਸਾਨੂੰ ਸਾਰੇ ਨਗਰ ਵੱਲੋਂ ਸਪੋਰਟ ਮਿਲੀ। ਜੋ ਕੁਛ ਸਾਨੂੰ ਮਤਲਬ ਖਰਚੇ ਵਰਤੇ ਦੀ ਪ੍ਰੋਬਲਮ ਆਉਂਦੀ ਰਹੀ ਨਾ ਇਸ ਕੰਪੀਟੀਸ਼ਨ ਵਿੱਚ, ਖਰਚੇ ਵਰਤੇ ਦੀ ਪ੍ਰੋਬਲਮ, ਉਹ ਵੀ ਸਾਡੇ ਪਿੰਡ ਵਾਲੇ ਸਾਡੀ ਹੈਲਪ ਕਰਦੇ ਰਹੇ। ਸਾਡੇ ਜੋ ਕੋਈ ਮਤਲਬ ਬੈਨਰ ਵਗੈਰਾ ਲਗਾਉਂਦੇ ਰਹੇ ਉਹ ਵੀ ਸਾਡੇ ਪਿੰਡ ਵਾਲੇ, ਜੋ ਕੁਛ ਸਾਨੂੰ ਖਰਚੇ ਵਰਤੇ ਦੀ ਪ੍ਰੋਬਲਮ ਪੈਂਦੀ ਰਹੀ ਉਹ ਵੀ ਸਾਡਾ ਪਿੰਡ ਹੀ ਸਹਿਯੋਗ ਸਾਰਾ ਦਿੰਦਾ ਰਿਹਾ। ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਸਾਰੇ ਨਗਰ ਦਾ, ਜਿਨ੍ਹਾਂ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ। ਤੁਹਾਡਾ ਨਾਂ ਕੀ ਹੈ ਅਤੇ ਕੀ ਪਿਛੋਕੜਾ ਤੁਹਾਡਾ? ਮੇਰਾ ਨਾਮ ਮਹੇਸ਼ ਹੈ ਜੀ, ਆਫਤਾਬ ਮੇਰਾ ਬੇਟਾ ਵਾ। ਕਾਸਟ ਸਾਡੀ ਮੀਰਜ਼ਾਦੇ ਲੋਕ ਕਹਿੰਦੇ ਨੇ, ਬਾਬੇ ਮਰਦਾਨੇ ਜੀ ਦੀ ਕਿਰਪਾ ਵਾ, ਮੀਰਜ਼ਾਦੇ ਲੋਕ ਕਹਿੰਦੇ ਨੇ। ਸਾਡਾ ਕੰਮ ਹੈ ਜੀ ਗਾਣੇ ਵਜਾਉਣੇ ਦਾ। ਜਦੋਂ ਕਿਸੇ ਦੇ ਘਰ ਖੁਸ਼ੀ ਹੁੰਦੀ ਹੈ, ਕਿਸੇ ਦੇ ਘਰ ਮੁੰਡਾ ਹੁੰਦਾ ਜਾਂ ਵਿਆਹ ਹੁੰਦਾ, ਉਹਨਾਂ ਦੇ ਘਰ ਜਾ ਕੇ ਅਸੀਂ ਗਾਣਾ ਵਜਾਉਣਾ ਗਾਉਂਦੇ ਹਾਂ, ਅਤੇ ਲੋਕ ਖੁਸ਼ ਹੋ ਕੇ ਸਾਨੂੰ ਵਧਾਈ ਦਿੰਦੇ ਨੇ, ਬੜਾ ਇੱਜ਼ਤ ਮਾਣ ਬਖਸ਼ਦੇ ਨੇ। ਉਹ ਸੱਚੇ ਪਾਤਸ਼ਾਹ ਦਾ, ਗੁਰੂ ਸਾਹਿਬ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਅਸੀਂ ਉਹ ਲੋਕ ਹੈ ਜਿੰਨੇ ਅਸੀਂ ਹਰ ਇੱਕ ਨਾਲ ਪਿਆਰ ਰੱਖਦੇ ਹਾਂ। ਸਾਨੂੰ ਇਹ ਨਹੀਂ ਕੋਈ ਵੱਡਾ ਜਾਂ ਛੋਟਾ, ਸਾਨੂੰ ਇਹ ਨਹੀਂ ਕਿਸੇ ਬਰਾਦਰੀ ਬਾਰੇ ਨਹੀਂ ਵੀ ਕੋਈ ਹਿੰਦੂ ਸਿੱਖ ਈਸਾਈ ਜਾਂ ਕੁਛ ਵੀ ਆ, ਸਾਨੂੰ ਇਹ ਨਹੀਂ, ਸਾਡਾ ਸਭ ਨਾਲ ਪਿਆਰ ਹੈ ਅਤੇ ਸਭ ਦਾ ਅਸੀਂ ਸਤਿਕਾਰ ਕਰਦੇ ਹਾਂ। ਸਾਰੇ ਲੋਕ ਸਾਡਾ ਇੱਜ਼ਤ ਮਾਣ ਕਰਦੇ, ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਮਾਲਕ ਦਾ। ਕਾਫੀ ਤੁਸੀਂ ਗਰੀਬੀ ਰੇਖਾ ਦੇ ਨਾਲ ਸੰਬੰਧ ਰੱਖਦੇ ਹੋ, ਪਹਿਲਾਂ ਕਿਸੇ ਡੇਰੇ 'ਚ ਰਹਿੰਦੇ ਸੀ, ਹੁਣ ਪਿੰਡ ਨੇ ਕੋਈ ਜਗ੍ਹਾ ਲੈ ਕੇ ਦਿੱਤੀ ਹੈ? ਹਾਂਜੀ ਹਾਂਜੀ, ਪਹਿਲਾਂ ਜੀ ਅਸੀਂ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਦੇ ਡੇਰੇ 'ਤੇ ਗੁਜ਼ਾਰਾ ਕੀਤਾ। ਅਸੀਂ ਅੱਜ ਵੀ ਉੱਥੇ ਅਸੀਂ ਜਾਂਦੇ ਹਾਂ, ਅਸੀਂ ਬੁੱਧਵਾਰ ਝਾੜੂ ਬੋਕਰ ਲਾਉਂਦੇ, ਵੀਰਵਾਰ ਜੋਤ ਲਾਈ ਦੀ। ਅਸੀਂ ਅੱਜ ਗਾਂਹ ਦੀ ਵੀ ਸਾਡੀ ਸੋਚ ਹੈ ਕਿ ਅਸੀਂ ਜਿੱਥੋਂ ਭਾਗ ਲੱਗੇ ਨੇ, ਜਿੱਥੋਂ ਸਤਿਗੁਰ ਦੀ ਕਿਰਪਾ ਹੋਈ, ਉਸ ਗੁਰੂ ਸਾਹਿਬ ਨੂੰ ਵੀ ਅਸੀਂ ਇਹ ਕੋਸ਼ਿਸ਼ ਕਰਦੇ ਕਿ ਉਹਨੂੰ ਯਾਦ ਰੱਖੀਏ ਜਿਨ੍ਹਾਂ ਤੋਂ ਕਿਰਪਾ ਹੋਈ ਹੈ। ਅਸੀਂ ਅੱਜ ਵੀ ਡੇਰੇ 'ਚ ਜਾਂਦੇ ਹਾਂ, ਉੱਥੇ ਝਾੜੂ ਬੋਕਰ ਲਾਉਂਦੇ ਹਾਂ, ਜੋਤ ਲਾਉਂਦੇ ਹਾਂ, ਅਤੇ ਉਹਨਾਂ ਗੁਰੂਆਂ ਪੀਰਾਂ ਦੀ ਕਿਰਪਾ ਦੇ ਨਾਲ ਹੀ ਆਫਤਾਬ ਵਿਨਰ ਬਣੇ। ਅਸੀਂ ਉਹ ਜੀ ਜਗ੍ਹਾ ਜਿਹੜੀ ਆਪਣੇ ਲਈ ਹੈ, ਉਹ ਇੱਦਾਂ ਕਰਜ਼ਾ ਚੁੱਕ ਕੇ ਲਈ ਹੈ, ਕਰਜ਼ਾ ਚੁੱਕ ਕੇ ਜਗ੍ਹਾ ਲਈ, ਉਹ ਹੁਣ ਮਾਲਕ ਦੀ ਮਿਹਰ ਨਾਲ ਆਫਤਾਬ ਵਿਨਰ ਬਣ ਗਿਆ। ਹੁਣ ਹੌਲੀ ਹੌਲੀ ਕਰਜ਼ਾ ਉਹ ਅਸੀਂ ਲਾਵਾਂਗੇ, ਕੋਸ਼ਿਸ਼ ਕਰਾਂਗੇ ਲਾਉਣ ਦੀ। ਬਾਕੀ ਸਾਨੂੰ ਸਾਡੇ ਪਿੰਡ ਦੇ ਔਲਖ ਪਰਿਵਾਰ ਨੇ ਵੀ ਸਾਨੂੰ ਚਾਰ ਮਰਲੇ ਜਗ੍ਹਾ ਦਿੱਤੀ ਹੈ, ਸਾਡੇ ਹੋਰ ਵੀ ਆਪਣੇ ਜਸਵੰਤ ਕੁੱਲ ਜੀ, ਕੁੱਲ ਸਾਹਿਬ ਸਿੱਧੂ ਸਾਹਿਬ, ਉਹਨਾਂ ਵੀ ਸਾਨੂੰ ਦੋ ਮਰਲੇ ਜਗ੍ਹਾ ਦਿੱਤੀ ਹੈ। ਉਸ ਹਿਸਾਬ ਦੇ ਨਾਲ ਫਿਰ ਅਸੀਂ ਇਹ ਜਗ੍ਹਾ ਦਾ ਸੈਟਿੰਗ ਕੀਤੀ ਸੀ ਵੀ ਚਲੋ ਇਹ ਕਰਜ਼ਾ ਲੱਥ ਜਾਏਗਾ, ਕਿਉਂਕਿ ਸਾਨੂੰ ਔਲਖ ਪਰਿਵਾਰ ਨੇ ਵੀ ਚਾਰ ਮਰਲੇ ਜਗ੍ਹਾ ਦਿੱਤੀ ਹੈ, ਜਸਵੰਤ ਕੁੱਲ ਜੀ ਨੇ ਵੀ ਸਾਨੂੰ ਦੋ ਮਰਲੇ ਜਗ੍ਹਾ ਦਿੱਤੀ ਹੈ। ਦੇਖੋ ਜੀ, ਅਸੀਂ ਇੰਨੀ ਗੱਲ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੀ, ਗੁਰੂ ਮਹਾਰਾਜ ਦੀ, ਉੱਪਰ ਵਾਲੇ ਦੀ ਕਿਰਪਾ ਸਾਰੀ। ਅਸੀਂ ਇਸ ਗੱਲ ਤੋਂ ਡਰਦੇ ਰਹੇ ਨੇ ਕਿ ਅਸੀਂ ਇਹ ਕਹਿ ਦਈਏ ਕਿ ਆਫਤਾਬ ਨੂੰ ਅਸੀਂ ਸਿਖਾਇਆ ਅਤੇ ਕੋਈ ਮਾਣ ਵਾਲੀ ਕੋਈ ਹੰਕਾਰ ਨਾ ਆ ਜਾਵੇ। ਇਸ ਕਰਕੇ ਅਸੀਂ ਕਹਿੰਦੇ ਵੀ ਜੋ ਕੀਤਾ ਉਹ ਸਤਿਗੁਰ ਨੇ ਕੀਤਾ, ਉੱਪਰ ਵਾਲੇ ਦੀ ਕਿਰਪਾ ਵਾ। ਅਸੀਂ ਫਿਰ ਵੀ ਅਸੀਂ ਆਪਣੇ ਆਪ ਨੂੰ ਕਹਿੰਦੇ ਵੀ ਸਾਡੀ ਕੀ ਔਕਾਤ ਅਸੀਂ ਕਿਸੇ ਨੂੰ ਸਿਖਾ ਦਈਏ, ਕਿਉਂਕਿ ਸੰਗੀਤ ਇੱਕ ਐਸੀ ਚੀਜ਼ ਹੈ ਸਿੱਖ ਕੇ ਵੀ ਸਿੱਖਿਆ ਨਹੀਂ ਜਾਂਦਾ। ਦੇਖੋ ਜੀ, ਸਾਰੇ ਬੱਚੇ ਬੜਾ ਅੱਛਾ ਗਾਉਣ ਵਾਲੇ ਸੀ, ਸਾਰੇ ਹੀ ਦੇਸ਼ਾਂ ਵਿਦੇਸ਼ਾਂ 'ਚੋਂ ਆਏ ਸੀ। ਉਹ ਜਦੋਂ ਓਡੀਸ਼ਨਾਂ ਹੋਈਆਂ ਸੀ, ਉਹ ਦੱਸ ਰਹੇ ਸੀ, ਗੱਲ ਕਰ ਰਹੇ ਸੀ, ਕਹਿੰਦੇ ਵੀ 25 ਸਟੇਟਾਂ ਤੋਂ ਬੱਚੇ ਲਏ ਸੀ, ਅਤੇ ਬੜੇ ਮਾਲਕ ਦੇ ਸ਼ੁਕਰਗੁਜ਼ਾਰ, 25 ਸਟੇਟਾਂ ਤੋਂ ਬੱਚੇ ਲਏ ਹੋਏ ਉਹਨਾਂ ਕੰਪੀਟੀਸ਼ਨ 'ਚ, 25 ਸਟੇਟਾਂ ਤੋਂ ਓਡੀਸ਼ਨਾਂ ਦਿੱਤੀਆਂ ਹੋਈਆਂ ਬੱਚਿਆਂ ਨੇ, ਉਹਨਾਂ ਵਿੱਚੋਂ ਬੱਚੇ ਚੁਣੇ। ਜਦੋਂ ਉਹਨਾਂ ਦੇ ਕੰਪੀਟੀਸ਼ਨ ਵਿੱਚ ਆਫਤਾਬ ਵਿਨ ਕਰ ਗਿਆ, ਆਫਤਾਬ ਵਿਨਰ ਬਣਿਆ, ਬਹੁਤ ਮਾਲਕ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਅਸੀਂ, ਆਲ ਇੰਡੀਆ ਦਾ ਸ਼ੁਕਰਗੁਜ਼ਾਰ ਕਰਦੇ ਹਾਂ। ਜੀਵਨੀ ਦੀ ਗੱਲ ਕੀਤੀ ਜਾਵੇ, ਇਹਦਾ ਰਹਿਣਾ ਸਹਿਣਾ ਜਾਂ ਸੁਭਾਅ, ਖਾਣ ਵਿੱਚ ਕੀ ਪਸੰਦ ਕਰਦਾ ਹੈ, ਜਾਂ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ, ਮਾਂ ਨੂੰ ਕਰਦਾ? ਨਹੀਂ ਜੀ, ਦੇਖੋ ਮੈਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਨਾਲ ਪਿਆਰ ਉਹਨਾਂ ਨਹੀਂ ਕਰਦਾ ਜਿੰਨਾ ਆਪਣੀ ਮਾਂ ਨਾਲ ਪਿਆਰ ਕਰਦਾ। ਅਤੇ ਬਾਕੀ ਜੀ, ਤੁਹਾਨੂੰ ਪਤਾ ਇਸ ਗੱਲ ਦਾ ਵੀ ਪਿਓਵਾਂ ਤੋਂ ਬੱਚੇ ਥੋੜ੍ਹੇ ਜਿਹੇ ਉਦੋਂ, ਕਿਉਂਕਿ ਪਿਓ ਕਹਿੰਦੇ ਹੁੰਦੇ ਕਿ ਬੇਟਾ ਆਹ ਗੱਲ ਗਲਤ ਆ, ਗਲਤ ਗੱਲਾਂ ਨਾਲ ਪਿਓ ਸਹਿਮਤ ਨਹੀਂ ਹੁੰਦੇ, ਅਤੇ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਮਾਂ ਨੂੰ ਵੀ ਸਹਿਮਤ ਹੋਣਾ ਪੈਂਦਾ ਵੀ ਚੱਲ ਮੇਰਾ ਬੇਟਾ ਖੇਡਣ ਡਿਆ ਵਾ, ਖੇਡਣ ਦਿਓ।
ਅਤੇ ਬਾਪ ਨੂੰ ਇਹ ਪਤਾ ਹੁੰਦਾ ਵੀ ਇਹ ਖੇਡਦਾ ਕਿਤੇ ਸੱਟ ਨਾ ਖਾ ਲਵੇ, ਕੋਈ ਇਹਦਾ ਆਹ ਨੁਕਸਾਨ ਨਾ ਹੋ ਜਾਵੇ, ਇਸ ਕਰਕੇ ਫਿਰ ਬਾਪ ਨਾਲ ਹਰ ਇੱਕ ਬੱਚੇ ਦੀ ਘੱਟ ਹੀ ਬਣਦੀ ਹੁੰਦੀ। ਪੜ੍ਹਾਈ ਵਿੱਚ ਕਿਵੇਂ? ਪੜ੍ਹਾਈ ਵਿੱਚ ਜੀ ਬੜੀ ਸਤਿਗੁਰ ਦੀ ਕਿਰਪਾ ਵਾ, ਬੇਸ਼ੱਕ ਦੀ ਭਾਵੇਂ ਮਹੀਨਾ ਇੱਕ ਲੇਟ ਜਾਵੇ, ਪਰ ਜਦੋਂ ਇਹ ਸਕੂਲੇ ਚਲੇ ਗਿਆ ਸਤਿਗੁਰ ਦੀ ਕਿਰਪਾ ਨਾਲ ਮਿੰਟੋ ਮਿੰਟ ਦੂਜਿਆਂ ਬੱਚਿਆਂ ਦੇ ਬਰਾਬਰ 'ਤੇ ਪਹੁੰਚ ਜਾਣਾ ਇਹਨੇ। ਖਾਣ ਪੀਣ ਦੇ ਵਿੱਚ ਕੀ ਪਸੰਦ ਰੱਖਦੇ? ਖਾਣ ਪੀਣ ਦੇ ਵਿੱਚ ਜੀ ਜੋ ਤਾਂ ਅਸੀਂ ਇਹਨੂੰ ਕਹਿੰਦੇ ਕਿ ਬੇਟਾ ਆਹ ਚੀਜ਼ ਖਾ, ਉਹਨਾਂ ਚੀਜ਼ਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੰਦਾ, ਆਪਣੀ ਪਸੰਦ ਦੀ ਇਹਦੀ ਚੀਜ਼ ਹੁੰਦੀ, ਜ਼ਿਆਦਾਤਰ ਕਹਿ ਦਿੰਦਾ ਵੀ ਸਿੰਪਲ ਸਬਜ਼ੀ ਜਿਹੜੀ ਹਰੀਆਂ ਸਬਜ਼ੀਆਂ ਹੁੰਦੀਆਂ ਉਹ ਬੜਿਆ ਖੁਸ਼ ਹੋ ਕੇ ਖਾਂਦਾ। ਬਾਕੀ ਜ਼ਿਆਦਾਤਰ ਸਿੰਪਲ ਸਬਜ਼ੀ ਦੇ ਵਿੱਚ ਕਹਿੰਦਾ ਵੀ ਮੱਖਣ ਹੋਵੇ ਤਾਂ ਬਸ ਬਹੁਤ ਖੁਸ਼ ਹੋ ਕੇ ਖਾਂਦਾ। ਸੁਭਾਅ ਕਿੱਦਾਂ ਦਾ ਬੱਚੇ ਦੇਖੋ ਜੀ, ਸੁਭਾਅ ਦੀ ਗੱਲ ਕਰੀਏ ਵੀ ਪਿਆਰ ਵਾਲਾ ਵੀ ਬੱਚਾ ਬਹੁਤ ਹੈ ਅਤੇ ਸੁਭਾਅ ਵੀ ਇਹਦਾ, ਮੈਨੂੰ ਤਾਂ ਗਰਮ ਹੀ ਲੱਗਦਾ ਕਿਉਂਕਿ ਜਦੋਂ ਬੜੇ ਤਰੀਕੇ ਨਾਲ ਇਹਨੂੰ ਰੱਖਣਾ ਪੈਂਦਾ ਅਤੇ ਜਦੋਂ ਇਹ ਰੁੱਸ ਪਵੇ ਉਦੋਂ ਫਿਰ ਮਨਾਉਣਾ ਮੈਨੂੰ ਵੀ ਔਖਾ ਹੋ ਜਾਂਦਾ। ਮੁੜ ਕੇ ਮੈਨੂੰ ਕਦੀ ਕੋਈ ਚੀਜ਼ ਲਿਆ ਕੇ ਦੇਣੀ ਪੈਂਦੀ, ਕਦੀ ਕੋਈ ਚੀਜ਼ ਲਿਆ ਕੇ ਦੇਣੀ ਪੈਂਦੀ ਕਿ ਅਫਤਾਬ, ਜੇ ਹੁਣ ਅਫਤਾਬ ਰੁੱਸਿਆ ਰਿਹਾ ਤਾਂ ਗਾਣੇ ਦਾ ਰਿਆਜ਼ ਕਿਵੇਂ ਕਰੂਗਾ, ਜੇ ਅਫਤਾਬ ਰੁੱਸਿਆ ਰਿਹਾ ਤਾਂ ਇਹ ਆਪਣੇ ਪੜ੍ਹਾਈ ਵੱਲ ਧਿਆਨ ਕਿਵੇਂ ਦਊ। ਫਿਰ ਜੀ ਉਹ ਮੁਸ਼ਕਲ ਮੇਰੇ 'ਤੇ ਹੀ ਹੁੰਦੀ ਹੈ, ਫਿਰ ਮੈਨੂੰ ਜਿਵੇਂ ਮੇਰੇ ਤੋਂ ਜੇ ਰੁੱਸਦਾ ਤਾਂ ਮੈਨੂੰ ਵੀ ਮਨਾਉਣਾ ਪੈਂਦਾ ਅਫਤਾਬ ਦੇ, ਮਗਰ ਮੈਨੂੰ ਇੱਦਾਂ ਰਹਿਣਾ ਪੈਂਦਾ ਕਿ ਜਿਵੇਂ ਕੋਈ ਅੱਗੇ ਮੁੰਡੇ ਮਗਰ ਕੁੜੀ ਲੱਗੀ ਹੁੰਦੀ ਅਤੇ ਮੁੰਡਾ ਬਾਹ ਨਹੀਂ ਫੜਾਉਂਦਾ ਅਤੇ ਕੁੜੀ ਮਗਰ ਹੁੰਦੀ, ਜਿਵੇਂ ਆਸ਼ਕੀ ਮਸ਼ੂਕੀ ਹੁੰਦੀ ਨਾ, ਮੇਰਾ ਤਾਂ ਆਫਤਾਬ ਦਾ ਇੱਦਾਂ ਵਾ ਪਿਆਰ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਸ ਪਾਸੇ ਜਿਹੜੀ ਇਸ ਲੈਨ ਦੇ ਵਿੱਚ ਆਪਾਂ ਸੋਚ ਲੈਂਦੇ ਵੀ ਆਪਣਾ ਬੱਚਾ ਵੱਡਾ ਵਿਆਹ ਬਣੇ, ਤੁਸੀਂ ਉਹਨੂੰ ਲੈ ਕੇ ਆਏ ਇਸ ਪਾਸੇ ਕਿ ਖੁਦ ਉਹ ਆਪ ਆਇਆ? ਦੇਖੋ ਜੀ, ਅਸੀਂ ਮੈਂ ਫਿਰ ਇਹੋ ਗੱਲ ਤੁਸੀਂ ਕਹੋਗੇ ਵਾਰੀ ਵਾਰੀ ਕਹਿੰਦੇ, ਮੈਂ ਇਸ ਗੱਲ ਲੈਨ ਦੇ ਵਿੱਚ ਇਹਨੂੰ ਲੈ ਕੇ ਨਹੀਂ ਆਇਆ ਕਿਉਂਕਿ ਸਾਡੀ ਲਾਈਨ ਹੀ ਗਾਣਾ ਵਜਾਉਣਾ ਸੀ। ਫਿਰ ਸਾਡੇ ਉਸਤਾਦ ਜੀ ਸੀ ਮਦਨ ਮਸਤ ਜੀ, ਤੁਹਾਨੂੰ ਥੋੜ੍ਹੀ ਜਿਹੀ ਉਹਨਾਂ ਦੀ ਡਿਟੇਲ ਦੱਸਦਾ। ਮਦਨ ਮਸਤ ਜੀ ਉਹ ਬੜੇ ਰੂਹ ਦੇ ਫਕੀਰ ਆਦਮੀ ਸੀ। ਉਹ ਆਫਤਾਬ ਦਾ ਜਿਸ ਦਿਨ 13 ਦਿਨਾਂ ਦਾ ਸੀ, ਉਸ ਦਿਨ ਉਹ ਸਾਡੇ ਘਰ ਆਏ, ਸਾਡੇ ਗੁਰੂ ਜੀ, ਸਾਡੇ ਉਸਤਾਦ ਜੀ, ਅਤੇ ਬੜਾ ਮਨ ਖੁਸ਼ ਹੋਇਆ ਉਹ ਮੇਰੇ ਉਸਤਾਦ ਜੀ ਗੁਰੂ ਜੀ ਵੱਲ ਵੇਖ ਕੇ। ਮੈਨੂੰ ਆਫਤਾਬ ਦੀ ਵੀ ਖੁਸ਼ੀ ਭੁੱਲ ਗਈ ਕਿ ਮੇਰੇ ਘਰ ਬੇਟਾ ਹੋਇਆ, ਇੰਨਾ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਵਾਂਗੇ। ਉਹਨਾਂ ਕਿਹਾ ਵੀ ਬੇਟਾ ਇਹ ਰਿਸ਼ਤੇਦਾਰ ਭੈਣਾਂ ਭਰਾ ਬੈਠੇ ਆ, ਬੜੀ ਖੁਸ਼ੀ ਮਨਾ ਰਹੇ, ਕਿਸ ਗੱਲ ਦੀ ਖੁਸ਼ੀ ਮਨਾ ਰਹੇ? ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਗੁਰੂ ਜੀ ਆਪਣੇ ਬੇਟਾ ਹੋਇਆ ਵਾ, ਤੁਹਾਡੀ ਕਿਰਪਾ ਨਾਲ ਬੇਟਾ ਹੋਇਆ ਵਾ। ਅਤੇ ਉਸਤਾਦ ਜੀ ਕਹਿੰਦੇ ਵੀ ਬੇਟਾ ਕਿੱਥੇ ਆ? ਮੈਂ ਫਿਰ ਇਹਦੀ ਮੰਮਾ ਕੋਲੋਂ ਚੱਕ ਕੇ, 13 ਦਿਨਾਂ ਦਾ ਸੀ, ਮੈਂ ਆਪਣੇ ਉਸਤਾਦ ਜੀ ਦੀ ਝੋਲੀ ਪਾਇਆ, ਮੈਂ ਕਿਹਾ ਆਹ ਲਓ ਉਸਤਾਦ ਜੀ ਇਹ ਬੇਟਾ। ਉਹਨਾਂ ਇਹਨੂੰ ਫੜ ਕੇ ਇਹਦੇ ਕੰਨ ਵਿੱਚ ਨਾਲੇ ਗਾਣਾ ਸੁਣਾਇਆ ਇਹਨੂੰ, ਅਤੇ ਨਾਲੇ ਰੱਬ ਦਾ ਨਾਮ ਲਿਆ, ਕੋਈ ਅੱਲਾ ਤੋਬਾ ਕੀਤੀ। ਅਤੇ ਮੁੜ ਕੇ ਉਸ ਤੋਂ ਬਾਅਦ ਮੈਨੂੰ ਫੜਾ ਕੇ ਅਤੇ ਉਸਤਾਦ ਜੀ ਨੇ ਕਿਹਾ ਕਿ ਲੈ ਮਹੇਸ਼ ਬੇਟਾ, ਹੁਣ ਤੈਨੂੰ ਜ਼ਿਆਦਾ ਸਿਖਾਉਣ ਦੀ ਜ਼ਰੂਰਤ ਨਾ ਪਵੇਗੀ, ਇਹ ਗਾਏਗਾ ਅਤੇ ਗਾਏਗਾ ਵੀ ਬਹੁਤ ਅੱਛਾ, ਪਰ ਇਹਦਾ ਤੈਨੂੰ ਧਿਆਨ ਵੀ ਰੱਖਣਾ ਪੈਣਾ। ਅਤੇ ਅੱਜ ਉਹ ਹੋਈ ਅੱਜ ਗੱਲਾਂ ਯਾਦ ਆਉਂਦੀਆਂ ਕਿ ਸਾਡੇ ਉਸਤਾਦ ਜੀ, ਸਾਡੇ ਮਦਨ ਮਸਤ ਜੀ ਨੇ, ਗੁਰੂ ਜੀ ਨੇ ਇਹ ਬੋਲ ਸਲੋਕ ਕਿਹਾ ਸੀ ਅਤੇ ਅੱਜ ਉਹੀ ਪੂਰਾ ਹੋ ਰਿਹਾ। ਜੇ ਆਪਾਂ ਰਿਆਜ਼ ਦੀ ਗੱਲ ਕਰੀਏ, ਕਿੰਨਾ ਕੁ ਰਿਆਜ਼ ਜਿਹੜਾ ਇਸ ਸੰਬੰਧ ਵਿੱਚ ਤੁਸੀਂ ਖੁਦ ਕਰਵਾਉਂਦੇ ਸੀ ਜਾਂ ਆਪ ਕਰਦੇ ਸੀ? ਰਿਆਜ਼ ਅਸੀਂ ਜਦੋਂ ਆਪ ਗਾਉਂਦੇ ਸੀ ਉਦੋਂ ਸਾਡੇ ਲਾਗੇ ਬੈਠ ਜਾਂਦਾ ਸੀ, ਜਦੋਂ ਅਸੀਂ ਆਪ ਗਾਉਂਦੇ ਸੀ ਉਦੋਂ ਬੈਠ ਜਾਂਦਾ ਸੀ, ਫਿਰ ਨਾਲ ਨਾਲ ਗੁਣਗਾਉਂਦਾ ਸੀ ਇਹ। ਫਿਰ ਅਸੀਂ ਜਦੋਂ ਸਾਨੂੰ ਪਤਾ ਲੱਗਾ ਕਿ ਆਫਤਾਬ ਇੰਟਰਸਟ ਰੱਖਦਾ ਵਾ ਗਾਣੇ 'ਚ ਖਿਆਲ ਰੱਖਦਾ, ਫਿਰ ਅਸੀਂ ਆਪਣਾ ਗਾਣਾ ਬੰਦ ਕਰਾ ਕੇ ਮੁੜ ਕੇ ਫਿਰ ਇਹਨੂੰ ਹਲਾਸ਼ੇਰੀ ਦਿੱਤੀ ਵੀ ਚੱਲ ਬੇਟਾ ਤੂੰ ਗਾਣਾ ਗਾ, ਤੂੰ ਗਾਵੇਂਗਾ ਅਤੇ ਤੇਰੇ ਵਿੱਚ ਸਾਨੂੰ ਸ਼ਕਲ ਆਪੇ ਹੀ ਦਿਸ ਜਾਏਗੀ, ਤੂੰ ਅੱਛਾ ਗਾ। ਇਸ ਕਿਉਂਕਿ ਸਾਨੂੰ ਤਾਂ ਕਈ ਮਜਬੂਰੀਆਂ ਸੀ, ਕਬੀਲਦਾਰੀਆਂ ਦੇ ਚੱਕਰ ਸੀ, ਸਾਨੂੰ ਹੋਰ ਵੀ ਕਈ ਕੰਮ ਸੀ, ਫਿਰ ਅਸੀਂ ਗਾਣਾ ਨਹੀਂ ਉਹਨਾਂ ਮਤਲਬ ਜੋ ਅਸੀਂ ਜ਼ਿੰਦਗੀ 'ਚ ਚਾਹੁੰਦੇ ਸੀ ਉਹ ਅਸੀਂ ਉਹਨੇ ਸੁਪਰ ਸਟਾਰ ਸਿੰਗਰ ਨਹੀਂ ਬਣ ਸਕੇ। ਜਿਵੇਂ ਉਸਤਾਦ ਨੇ ਤੁਹਾਡੇ ਨੇ ਕਿਹਾ ਸੀਗਾ ਵੀ ਤੁਹਾਨੂੰ ਆਹ ਲਓ ਅੱਜ ਤੋਂ ਇਹ ਗਾਏਗਾ, ਬਾਹਲਾ ਨਹੀਂ ਸਿਖਾਉਣਾ ਪਵੇਗਾ, ਕਿੰਨੀ ਕੁ ਤੁਹਾਨੂੰ ਫਿਰ ਵੀ ਮਿਹਨਤ ਕਰਵਾਉਣੀ ਪਈ ਇਸ ਕਰਕੇ? ਦੇਖੋ ਜੀ, ਉਹਨਾਂ ਉਸਤਾਦ ਲੋਕਾਂ ਦੇ ਤਾਂ ਸਲੋਕ ਹੋਏ ਨੇ ਅਤੇ ਉਹੀ ਉਹਨਾਂ ਦੀ ਕਿਰਪਾ ਵਾ, ਅਤੇ ਉਹਦੇ ਨਾਲ ਅਸੀਂ ਵੀ ਜਿੰਨੀ ਜੋਗੇ ਕੋਸ਼ਿਸ਼ ਕਰਦੇ ਰਹੇ ਵੀ ਚਲੋ ਬੇਟਾ ਗਾਓ, ਮਿਹਨਤ ਰਿਆਜ਼ ਜਿੰਨੀ
ਮਤਲਬ ਕੋਸ਼ਿਸ਼ ਕੀਤੀ ਇਹਨੂੰ ਕਰਾਉਣ ਦੀ, ਹੁਣ ਅੱਗੇ ਤੋਂ ਵੀ ਕੋਸ਼ਿਸ਼ ਸਾਡੀ ਰਹੇਗੀ ਕਿ ਬੇਟਾ ਰਿਆਜ਼ ਕਰੋ। ਅੱਜ ਤੁਹਾਡੇ ਬੱਚੇ ਨੇ ਐਡਾ ਵੱਡਾ ਸਥਾਨ ਹਾਸਲ ਕੀਤਾ, ਹੁਣ ਕੀ ਅੱਗੇ ਦੇ ਕੀ ਸੋਚ ਹੈ ਤੁਹਾਡੀ? ਅੱਗੇ ਤਾਂ ਸਾਡੀ ਸੋਚ ਇਹ ਆ ਵੀ ਮਹਾਰਾਜ ਨੂੰ ਇਹੀ ਕਹਿੰਦੇ ਹਾਂ ਵੀ ਅੱਛਾ ਗਾ ਬੇਟਾ, ਕਿਉਂਕਿ ਇਹ ਸੰਗੀਤ ਇੱਕ ਸਮੁੰਦਰ ਹੈ ਜੀ, ਸਮੁੰਦਰ। ਅਤੇ ਚਲੋ ਇਹ ਟਰੋਫੀ ਜਿੱਤੀ, ਇਹਨੇ ਵਿਨਰ ਬਣ ਗਿਆ, ਪਰ ਸੰਗੀਤ ਇੱਕ ਬੜੀ ਦੂਰ ਦੀ ਮੰਜ਼ਿਲ। ਸੁਪਨਾ ਹੁੰਦਾ ਕਿਹੜੀ ਸਟੇਜ 'ਤੇ ਵੇਖਣਾ ਚਾਹੁੰਦੇ ਹੋ ਤੁਸੀਂ ਅਗਲੇ ਪਾਸੇ? ਦੇਖੋ ਜੀ, ਹੁਣ ਤਾਂ ਮੇਰਾ ਇਹ ਸੁਪਨਾ ਕਿ ਆਫਤਾਬ ਵੱਡਾ ਸਿੰਗਰ, ਬੋਲੀਵੁੱਡ ਸਿੰਗਰ ਬਣੇ, ਆਲ ਇੰਡੀਆ ਦਾ ਵੱਡਾ ਸਿੰਗਰ ਬਣੇ, ਕਿ ਜਿਵੇਂ ਹਰ ਇੱਕ ਸਟੇਟ 'ਤੇ ਆਫਤਾਬ ਨੂੰ ਸੁਣਿਆ ਜਾਵੇ, ਹਰ ਇੱਕ ਲੋਕ ਸਮਝਣ ਕਿ ਆਫਤਾਬ ਦਾ ਗਾਣਾ ਅੱਛਾ ਹੈ, ਬੋਲੀਵੁੱਡ ਸਿੰਗਰ ਬਣੇ, ਫਿਲਮਾਂ ਦੇ ਵਿੱਚ ਗਾਣੇ ਗਾਵੇ। ਇਹ ਹੁਣ ਮੇਰਾ ਸੁਪਨਾ ਵਾ। ਸਾਰੀ ਇੰਡੀਆ ਅੱਗੇ, ਗੁਰੂ ਮਹਾਰਾਜ ਅੱਗੇ ਮੇਰੀ ਅਰਦਾਸ ਬੇਨਤੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰੇ, ਜਿਵੇਂ ਅੱਗੇ ਕਿਰਪਾ ਕੀਤੀ ਹੈ, ਹੁਣ ਵੀ ਕਿਰਪਾ ਕਰੇ ਕਿ ਆਫਤਾਬ ਵੱਡਾ ਸਿੰਗਰ ਬਣੇ, ਬੋਲੀਵੁੱਡ ਸਿੰਗਰ ਬਣੇ, ਹਿੰਦੀ ਪੰਜਾਬੀ ਹਰ ਇੱਕ ਫਿਲਮ ਦੇ ਵਿੱਚ ਇਹਦਾ ਗੀਤ ਹੋਵੇ, ਇਹ ਮੈਂ ਉਮੀਦ ਕਰਦਾ ਵਾਂ। ਮੈਂ ਇਹੋ ਹੀ ਕਹਿਣਾ ਚਾਹੁੰਦੀ ਹਾਂ ਵੀ ਬਹੁਤ ਖੁਸ਼ੀ ਹੋਈ ਆਫਤਾਬ ਨੂੰ ਇਹ ਜਿੱਤ ਕੇ ਇਹ ਟਰੋਫੀ, ਵੀ ਚਲੋ ਗਿਆ, ਸਾਰੇ ਨਗਰ ਨੇ ਸਹਿਯੋਗ ਬਹੁਤ ਵਧੀਆ ਦਿੱਤਾ ਵਾ, ਵੀ ਇਸ ਗਰੀਬ ਘਰ ਦੇ ਵਿੱਚੋਂ ਜਾ ਕੇ ਆਫਤਾਬ ਨੇ ਵੀ ਇਹ ਫੈਸਲਾ ਜਿੱਤਿਆ। ਆਫਤਾਬ ਦੀ ਗੱਲ ਕਰੀਏ ਤਾਂ ਕਿੱਦਾਂ ਦਾ ਹੈਗਾ ਇਹ ਤੁਹਾਡੇ ਨਾਲ, ਕਿੱਦਾਂ ਜਾਨੀ ਕਿ ਪਿਆਰ ਰੱਖਦਾ ਕਿ ਲੜਦਾ, ਕਿਵੇਂ ਦਾ ਹੈਗਾ ਮਾਹੌਲ ਇਹਦਾ? ਜੀ ਬਹੁਤ ਬਹੁਤ ਪਿਆਰ ਕਰਦਾ ਆਫਤਾਬ ਮੇਰੇ ਨਾਲ, ਅਤੇ ਸ਼ਰਾਰਤੀ ਵੀ ਹੈਗਾ ਥੋੜ੍ਹਾ ਥੋੜ੍ਹਾ, ਪਰ ਬਹੁਤ ਜਿੱਦੀ ਵੀ ਆ, ਅਤੇ ਉਹ ਵੀ ਸਿਰਫ ਮੇਰੇ ਨਾਲ ਔਰ ਕਿਸੇ ਨਾਲ ਨਹੀਂ। ਤੁਹਾਨੂੰ ਕੋਈ ਖਾਸ ਇਹਦੀ ਗੱਲ ਯਾਦ ਹੋਵੇ ਜਿਹੜੀ ਤੁਹਾਡੇ ਨਾਲ ਅੱਜ ਤੱਕ ਵੀ ਤੁਸੀਂ ਉਹ ਗੱਲ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਜਾਂ ਕਰਕੇ ਹੱਸਦੇ ਹੋ ਐਂ ਕਰਦੇ ਨਿੱਕਾ ਨੂੰ? ਇਹ ਨਿੱਕਾ ਹੁੰਦਾ ਇਹੋ ਆ ਜੀ, ਸਿਰਫ ਮੇਰੇ ਤੋਂ ਬਿਨਾਂ ਨਹੀਂ ਰਹਿੰਦਾ, ਅਤੇ ਮੇਰੇ ਤੋਂ ਬਿਨਾਂ ਰੋਟੀ ਮੈਂ ਖਵਾਵਾਂ ਤਾਂ ਫਿਰ ਖਾਂਦਾ ਨਹੀਂ, ਅਤੇ ਰੋਟੀ ਖਾਂਦਾ ਨਹੀਂ ਭਾਵੇਂ ਕਿਤੇ ਮਰਜ਼ੀ ਜਾ ਜਾ। ਤੁਹਾਡੇ ਕਿੰਨੇ ਬੱਚੇ ਆ? ਮੇਰੇ ਦੋ ਕਾਕੇ ਇੱਕ ਗੁੜੀਆ। ਅੱਛਾ, ਇਹ ਆਵੀ ਦੀ ਕਿਵੇਂ ਆਪਦੀ ਦੀਦੀ, ਜਿਵੇਂ ਬੱਚੇ ਆਵੀ ਦੀ ਲੜਦੇ ਝਗੜਦੇ ਨਿੱਕੇ ਨਿੱਕੇ ਗੱਲਾਂ? ਹਾਂਜੀ ਹਾਂਜੀ, ਹੁੰਦਾ ਹੁੰਦਾ ਜੀ, ਇਹਨਾਂ ਦੇ ਤਿੰਨੇ ਭੈਣ ਭਰਾ ਲੜ ਵੀ ਪੈਂਦੇ ਅਤੇ ਹੱਸਦੇ ਵੀ ਰਹਿੰਦੇ ਅਤੇ ਲੜ ਵੀ ਪੈਂਦੇ, ਅਤੇ ਜ਼ਿਆਦਾ ਸ਼ੈਤਾਨ ਸਾਡੇ ਵਿੱਚ ਘਰ ਦੇ ਵਿੱਚ ਆਫਤਾਬ ਹੀ ਆ, ਸ਼ਰਾਰਤੀ ਵੀ ਜ਼ਿਆਦਾ ਆਫਤਾਬ ਹੀ ਆ। ਖਾਣ ਦੇ ਵਿੱਚ ਯਾਨੀ ਕੀ ਪਸੰਦ ਕਰਦਾ? ਖਾਣ ਦੇ ਵਿੱਚ ਬਸ ਇਹੋ ਵੀ ਨੋਰਮਲ ਚੀਜ਼ ਹੀ ਪਸੰਦ ਕਰਦਾ, ਖਾਣਾ ਵੀ ਘੱਟ ਹੀ ਆ, ਵੀ ਰੋਟੀ ਨੂੰ ਤਾਂ ਘੱਟ ਹੀ ਪਸੰਦ ਰੱਖਦਾ, ਰੋਟੀ ਤਾਂ ਘੱਟ ਹੀ ਖਾਂਦਾ, ਵੀ ਖਾਣਾ ਦਾਣਾ ਬਸ ਉਤਲਾ ਉਤਲੇ ਨੂੰ ਥੋੜ੍ਹਾ ਬਹੁਤਾ ਪਸੰਦ ਕਰਦਾ, ਨਹੀਂ ਤਾਂ ਨਹੀਂ ਖਾਂਦਾ। ਤਿੰਨ ਮਹੀਨੇ ਤੁਹਾਡੇ ਤੋਂ ਇਹ ਦੂਰ ਰਿਹਾ ਸੀ ਹੁਣ ਦੌਰਾਨ, ਤੁਹਾਨੂੰ ਕਿੰਨੀ ਕੁ ਯਾਦ ਆਉਂਦੀ ਸੀ? ਤੁਸੀਂ ਮਿਲਣ ਗਏ ਸੀਗੇ ਪ੍ਰੋਗਰਾਮ ਦੇ ਵਿੱਚ ਜਾਂ ਟੀਵੀ 'ਤੇ ਦੇਖਿਆ ਸੀਗਾ? ਹਾਂ, ਟੀਵੀ 'ਤੇ ਦੇਖਿਆ ਸੀ ਜੀ, ਵੀਡੀਓ ਕਾਲ ਦੇ ਵਿੱਚ ਗੱਲ ਕਿਤੇ ਹੋ ਜਾਂਦੀ ਸੀ, ਪਰ ਪਰੇਸ਼ਾਨ ਹੋ ਜਾਂਦਾ ਸੀ ਇਹ ਵੀ, ਅਤੇ ਮੈਂ ਵੀ ਹੋ ਜਾਂਦੀ ਸਾਂ, ਜ਼ਿਆਦਾ ਚਿਰ ਮੇਰੇ ਨਾਲ ਗੱਲ ਨਹੀਂ ਸੀ ਕਰਦਾ, ਕਿਉਂ ਮੇਰੇ ਤੋਂ ਬਿਨਾਂ ਇੱਕ ਪਲ ਨਹੀਂ ਸੀ ਰਹਿੰਦਾ। ਅੱਜ ਕਿੱਦਾਂ ਮਹਿਸੂਸ ਹੋ ਰਿਹਾ ਵੀ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ, ਤੁਹਾਡੇ ਬੇਟੇ ਨੂੰ ਖੁਸ਼ੀ ਵਧਾਈਆਂ ਦੇ ਰਹੀ ਹੈ, ਅਤੇ ਤੁਹਾਨੂੰ ਕਿੱਦਾਂ ਮਾਣ ਮਹਿਸੂਸ ਹੋ ਰਿਹਾ? ਬਹੁਤ ਬਹੁਤ ਜੀ, ਬਹੁਤ ਬਹੁਤ। ਹੁਣ ਤੁਹਾਡੀ ਕੀ ਤਮੰਨਾ ਸੋਚ ਹੈ ਵੀ ਸਾਡਾ ਬੱਚਾ ਮੇਰਾ ਕਿੱਥੋਂ ਤੱਕ ਪਹੁੰਚੇ, ਕੀ ਮੰਨਦੀ? ਗਾਹਾਂ ਤੋਂ ਤਮੰਨਾ ਇਹੋ ਹੀ ਆ ਵੀ ਬਸ ਸਾਰੇ ਇਹਦੇ ਨਗਰ ਦੀਆਂ ਦੁਆਵਾਂ ਅਤੇ ਸਾਡੀਆਂ ਵੀ ਦੁਆਵਾਂ ਵੀ ਆਫਤਾਬ ਇਸ ਤਰ੍ਹਾਂ ਅੱਗੇ ਤੋਂ ਵੀ ਚੱਲਦਾ ਰਹੇ। ਇਹ ਦੋਵਾਂ ਤੋਂ ਛੋਟਾ ਜੀ, ਇੱਕ ਬੇਟੀ ਵੱਡੀ, ਛੋਟਾ ਕਾਕਾ, ਇਹ ਸਭ ਤੋਂ ਛੋਟਾ। ਪੜ੍ਹਾਈ ਵਿੱਚ ਵੀ ਠੀਕ ਹੈ? ਹਾਂਜੀ ਹਾਂਜੀ, ਪਹਿਲਾਂ ਪੜ੍ਹਾਈ ਵਿੱਚ ਘੱਟ ਹੀ ਦਿਲ ਲਾਉਂਦਾ ਸੀ, ਹੁਣ ਹੀ ਪੜ੍ਹਾਈ ਚੱਲਣ ਲੱਗੀ ਇਹਦੀ। ਜੀ, ਤੁਹਾਡੇ ਪਿਛੋਕੜ ਦੀ ਘਰ ਦੀ ਗੱਲ ਕਰੀਏ, ਕਿਹੋ ਜਿਹਾ ਤੁਹਾਡਾ ਹੈਗਾ ਜਿਉਣਾ, ਜਾਂ ਕਿਹੋ ਜਿਹਾ ਤੁਹਾਡਾ ਕੀ ਕੰਮ ਕਰਦੇ? ਬਸ ਇਹੋ ਹੀ ਆ ਵੀ ਉਹਦੇ ਡੈਡੀ ਘਰ ਚਲਾਉਂਦੇ ਸੀਗੇ, ਵੀ ਇਸ ਤਰ੍ਹਾਂ ਵੀ ਜਾਣਾ ਵਿਆਹ ਸ਼ਾਦੀ ਕੋਈ ਹੋਣਾ ਅਤੇ ਕੋਈ ਥੋੜ੍ਹਾ ਬਹੁਤਾ ਇਸ ਤਰ੍ਹਾਂ ਵਿਆਹ ਗਾਣਾ ਵਜਾਉਣਾ ਕਰਕੇ ਕੁਛ ਲਿਆਉਣਾ, ਅਤੇ ਫਿਰ ਸਾਡਾ ਘਰ ਦਾ ਸਿਲਸਿਲਾ ਚੱਲਦਾ ਸੀ। ਵੀ ਘਰ ਦੇ ਵਿੱਚ ਯਾਨੀ ਕਿ ਬਹੁਤ ਜ਼ਿਆਦਾ ਗਰੀਬੀ ਰਹੀ, ਵੀ ਕਿਸੇ ਟਾਈਮ ਅਸੀਂ ਭੁੱਖੇ ਵੀ ਰਹਿੰਦੇ ਰਹੇ, ਅਤੇ ਕਿਸੇ ਟਾਈਮ ਇਹਨਾਂ ਨੂੰ ਕੋਈ ਪ੍ਰੋਗਰਾਮ ਮਿਲਣਾ, ਕਿਸੇ ਟਾਈਮ ਨਹੀਂ ਮਿਲਣਾ। ਕਿਤੇ ਤੁਸੀਂ ਸੋਚਿਆ ਸੀਗਾ ਵੀ ਜਿਹੜਾ ਸਾਡਾ ਬੱਚਾ ਉਹ ਸਾਨੂੰ ਇੱਥੋਂ ਅਰਸ਼ ਤੋਂ ਅਰਸ਼ 'ਤੇ ਲੈ ਕੇ ਜਾਊਗਾ, ਸੋਚਿਆ ਸੀ ਕਿਤੇ? ਨਹੀਂ ਜੀ, ਕਦੀ ਨਹੀਂ ਸੋਚਿਆ ਸੀ, ਅਸੀਂ ਤਾਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਆਹ ਮੰਜ਼ਿਲ ਮਿਲੂਗੀ ਜਿਹੜੀ ਮਹਾਰਾਜ ਨੇ ਪ੍ਰਾਪਤ ਕੀਤੀ। ਮਹਾਰਾਜ ਜਿਵੇਂ ਕਹਿੰਦੇ ਕਿ ਮਾਂ ਪਿਓ ਦੇ ਨਾਮ ਨਾਲ ਬੱਚਾ ਜਾਣਾ ਜਾਂਦਾ ਹੈ, ਇੱਕ ਬੱਚੇ ਦੇ ਨਾਮ ਨਾਲ ਮਾਂ ਪਿਓ ਜਾਣੇ ਜਾਂਦੇ ਆ, ਉਹ ਟਾਈਮ ਕਿਹੋ ਜਿਹਾ ਹੁੰਦਾ ਮਾਂ ਪਿਓ ਦਾ? ਬਹੁਤ ਵਧੀਆ ਜੀ, ਅਸੀਂ ਸਿਰਫ ਇਹੋ ਚਾਹੁੰਦਾ, ਇਹੋ ਕਹਿਣਾ ਚਾਹੁੰਦੀ ਹਾਂ ਵੀ ਅਸੀਂ ਬੱਚੇ ਦੇ ਨਾਂ 'ਤੇ ਵੀ ਸਾਨੂੰ ਦੁਨੀਆ ਜਾਣ ਲੱਗੀ। ਨੀ ਦੋਰੇ ਰੇ ਦਨੀ ਦਾਨੀ ਦੋ ਸੋ ਨੀ ਦੋ ਬਾਦਾ ਨੀ ਨੀ ਦੋ ਬਮ ਬਾਦਾ ਦੋ ਬਮ ਗਮ ਬੋ ਬੋ ਮਗਰੇ ਗਮ ਮਗਰੇ ਦਰੇ ਗਗਰੇ ਦਨੀ ਦਰੇ ਦਨੀ ਦੋ ਦੋ ਨੀ ਦੋ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ, ਆਦਾਬ, ਨਮਸਕਾਰ, ਅਤੇ ਮੈਂ ਆਫਤਾਬ ਸਿੰਘ, ਜਿਹਨੂੰ ਤੁਸੀਂ ਦੇਖਦੇ ਰਹੇ ਰਾਈਜ਼ਿੰਗ ਸਟਾਰ ਵਿੱਚ। ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਇੱਕ ਨਿਮਾਣੇ ਬੱਚੇ ਨੂੰ ਇੰਨਾ ਪਿਆਰ ਦਿੱਤਾ, ਸਪੋਰਟ ਦਿੱਤੀ, ਵੋਟ ਦਿੱਤੀ, ਇਸੇ ਲਈ ਰਾਈਜ਼ਿੰਗ ਸਟਾਰ ਵਿਨ ਮੈਂ ਕੀਤਾ। ਲੇਕਿਨ ਟਰੋਫੀ ਹੈ ਜੋ ਰਾਈਜ਼ਿੰਗ ਸਟਾਰ ਦੀ ਉਹ ਤੁਹਾਡੀ ਹੈ, ਕਿਉਂਕਿ ਤੁਸੀਂ ਵੋਟ ਕੀਤੀ ਮੈਨੂੰ।
ਤੁਹਾਡੀ ਜ਼ਿੰਦਗੀ ਬਾਰੇ ਜਾਣ ਕੇ ਤੇ ਕਿੱਦਾਂ ਦੀ ਤੁਹਾਡੀ ਜ਼ਿੰਦਗੀ ਤੇ ਕਿੱਦਾਂ ਇਸ ਸਟੇਜ ਤੱਕ ਤੁਸੀਂ ਪਹੁੰਚੇ ਹੋ? ਮੈਂ ਕਦੀ ਸੋਚਿਆ ਨਹੀਂ ਸੀ ਵੀ ਮੈਨੂੰ ਐਡਾ ਵੱਡਾ ਮੁਕਾਮ ਮਿਲੇਗਾ, ਐਡਾ ਵੱਡਾ ਮੰਚ, ਅਤੇ ਜਦੋਂ ਮੈਨੂੰ ਮਿਲਿਆ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ, ਮਤਲਬ ਕਿ ਸੁਪਨੇ ਵਿੱਚ ਵੀ ਨਹੀਂ ਅਸੀਂ ਸੋਚਿਆ ਸੀ। ਹਾਂਜੀ, ਕਿੱਦਾਂ ਦਾ ਤੁਹਾਡਾ ਯਾਨੀ ਕਿ ਰਹਿਣ ਦਾ ਸੀਗਾ ਪਹਿਲਾਂ ਸਟਾਰਟਿੰਗ ਦੇ ਵਿੱਚ, ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹੋ, ਕਿੱਦਾਂ? ਪਹਿਲਾਂ ਜੀ ਅਸੀਂ ਦਰਗਾਹ 'ਤੇ ਰਹਿੰਦੇ ਹੁੰਦੇ ਸੀ ਅਤੇ ਫਿਰ ਅਸੀਂ ਆਪਣਾ ਕਰ ਲਿਆ ਅਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਜਦੋਂ ਅਸੀਂ ਬੈਕ ਸਟੋਰੀ ਸੋਚਦੇ ਅਤੇ ਹੁਣ ਸਟੋਰੀ ਸੋਚਦੇ ਜਿਹੜੀ ਹੁਣ ਆ, ਅਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਅਤੇ ਥੋੜ੍ਹਾ ਥੋੜ੍ਹਾ ਦੁੱਖ ਵੀ ਹੁੰਦਾ, ਕਿਉਂਕਿ ਜਿਹੜੇ ਅਸੀਂ ਫੈਮਿਲੀ 'ਚੋਂ ਨਿਕਲੇ ਹਾਂ ਇੱਕ ਛੋਟੇ ਜਿਹੇ ਪਰਿਵਾਰ 'ਚੋਂ, ਅਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੁੰਦੀ। ਪਿਛਲੇ ਦਿਨ ਇੱਕ ਖਬਰਾਂ ਦੇ ਵਿੱਚ ਵੀ ਕਾਫੀ ਆਇਆ ਸੀ, ਇੱਕ ਜਾਣੀ ਕਿ ਕਹਿ ਦਈਏ ਤੁਹਾਡੇ ਤੇ ਤੁਹਾਡੇ ਪਿਤਾ ਸਿਰ 'ਤੇ ਇੱਕ ਕਰਜ਼ਾ ਸੀ, ਤੁਸੀਂ ਉਹਨੂੰ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਅੱਜ ਕਿੱਦਾਂ ਲੱਗਦਾ ਉਹ ਜਿਹੜੇ ਕਰਜ਼ਾ ਤੁਸੀਂ ਲਾ ਚੁੱਕੇ? ਹਾਂਜੀ ਬਿਲਕੁਲ ਜੀ, ਮੈਂ ਉਹ ਕਰਜ਼ਾ ਉਤਾਰੂੰਗਾ ਅਤੇ ਮੈਂ ਫੈਮਿਲੀ ਨੂੰ ਖੁਸ਼ ਰੱਖੂੰਗਾ, ਜਿੱਥੋਂ ਤੱਕ ਮੇਰੀ ਪਹੁੰਚ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੀ ਫੈਮਿਲੀ ਨੂੰ ਤਕਲੀਫ ਨਹੀਂ ਆਉਣ ਦਾਂਗਾ। ਤਿੰਨ ਮਹੀਨੇ ਦਾ ਤੁਹਾਡਾ ਸਫ਼ਰ ਸੀ ਉੱਥੇ, 3 ਮਹੀਨੇ ਤੁਸੀਂ ਲਗਾਤਾਰ ਸਟੇਜ 'ਤੇ ਕੀਤਾ, ਉੱਥੋਂ ਦਾ ਕਿੱਦਾਂ ਦਾ ਰਿਹਾ ਅਤੇ ਕਿੱਦਾਂ ਦਾ ਤੁਹਾਨੂੰ ਸਾਰਿਆਂ ਦਾ ਮਿਲਣਾ ਰਿਹਾ, ਜਾਂ ਜਿਹੜੇ ਵੱਡੇ ਸਟਾਰ ਸੀ ਉਹਨਾਂ ਤੁਸੀਂ ਮਿਲੇ, ਕਿੱਦਾਂ ਦਾ ਮਹਿਸੂਸ ਹੋਇਆ? ਮੈਨੂੰ ਜੀ ਅਸੀਂ ਤਾਂ ਟੀ ਵੀ 'ਚ ਵਹਿੰਦੇ ਨੇ ਸੀ ਅਤੇ ਮੈਨੂੰ ਵੇਖਣ ਨੂੰ ਮਿਲਿਆ, ਉਹਨਾਂ ਦੇ ਨਾਲ ਪਰਫੋਰਮ ਕੀਤਾ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਮੇਰੇ ਜੀ ਜਿਹੜੇ ਗੁਰੂ ਹੈ ਮੇਰੇ ਪਾਪਾ ਜੀ ਹੈ, ਕਿਉਂਕਿ ਮੈਂ ਬਚਪਨ ਤੋਂ ਹੀ ਉਹਨਾਂ ਤੋਂ ਸਿੱਖ ਰਿਹਾ ਅਤੇ ਉਹਨਾਂ ਤੋਂ ਹੀ ਮੈਂ ਅੱਗੇ ਵੀ ਸਿੱਖੂੰਗਾ, ਮੇਰੇ ਗੁਰੂ ਮੇਰੇ ਪਾਪਾ ਜੀ ਹੈ। ਮੇਰੇ ਪੂਰੇ ਪਿੰਡ ਦਾ ਸਹਿਯੋਗ ਹੈ ਜੀ ਮੇਰੇ ਨਾਲ, ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ, ਜਿੰਨੇ ਵੀ ਮੇਰੀ ਫੈਮਿਲੀ 'ਚ ਰਿਸ਼ਤੇਦਾਰ ਸਾਰੇ ਮੈਨੂੰ ਸਪੋਰਟ ਕਰਦੇ। ਜਿਹੜੇ 3 ਮਹੀਨੇ ਦੌਰਾਨ ਕੋਈ ਖੱਟੀ ਮਿੱਠੀ ਯਾਦ, ਕੋਈ ਦੁੱਖ ਦੇ ਘੜੀ ਕੋਈ ਆਈ ਹੋਵੇ, ਜਾਂ ਕੁਝ ਇੰਨਾ ਖੁਸ਼ੀ ਦਾ ਪਲ ਹੋਵੇ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ? ਉੱਥੇ ਜੀ ਇੱਕ ਪਲ ਮੈਂ ਜ਼ਿੰਦਗੀ 'ਚ ਭੁੱਲੂੰਗਾ ਨਹੀਂ, ਕਿਉਂਕਿ ਬਹੁਤ ਹੀ ਅੱਛੇ ਉੱਥੇ ਪਲ ਸਾਡੇ ਬੀਤੇ ਅਤੇ ਮੈਂ ਪੂਰੀ ਲਾਈਫ ਵਿੱਚ ਯਾਦ ਰੱਖੂੰਗਾ। ਇਸ ਦੌਰਾਨ ਦਿਲਜੀਤ ਦੋਸਾਂਝ ਵੱਲੋਂ ਵੀ ਤੁਹਾਡੇ ਨਾਲ ਚੰਗਾ ਯਾਨੀ ਕਿ ਪ੍ਰੇਮ ਦਿਖਾਇਆ ਗਿਆ, ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕ ਟੀ ਵੀ 'ਚ ਦੇਖਣਾ ਅਤੇ ਇੱਕ ਹਕੀਕਤ ਵਿੱਚ ਉਹਨੂੰ? ਬਿਲਕੁਲ ਜੀ, ਜਿੰਨੇ ਵੀ ਜੱਜਿਸ ਸੀ, ਜੱਜਿਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਪੂਰੀ ਇੰਡੀਆ ਨੇ ਸਪੋਰਟ ਕੀਤੀ, ਮੈਂ ਜਿੰਨਾ ਵੀ ਉਹਨਾਂ ਦਾ ਧੰਨਵਾਦ ਕਰਾਂ ਉਹਨਾਂ ਹੀ ਥੋੜ੍ਹਾ, ਕਿਉਂਕਿ ਅੱਜ ਉਹਨਾਂ ਦੀ ਵਜ੍ਹਾ ਨਹੀਂ ਮੈਂ ਰਾਈਜ਼ਿੰਗ ਸਟਾਰ ਦਾ ਵਿਨਰ ਬਣਿਆ। ਅਗਲੀ ਹੁਣ ਤੁਹਾਡਾ ਕੀ ਹੈਗਾ ਵੀ ਅੱਗੇ ਕੀ ਅਚੀਵ ਕਰਨਾ ਚਾਹੁੰਦੇ, ਕਿੱਦਾਂ ਦੇ ਗੀਤ ਗਾਉਂਦੇ ਹੋ? ਅੱਗੇ ਜੀ ਮੈਂ ਹਰੇਕ ਤਰ੍ਹਾਂ ਦੇ ਮੈਂ ਗੀਤ ਕੋਸ਼ਿਸ਼ ਕਰਾਂਗਾ ਕਿ ਹਰੇਕ ਤਰ੍ਹਾਂ ਦਾ ਗਾਵਾਂ ਅਤੇ ਮੈਂ ਅੱਗੇ ਵੱਡਾ ਸਿੰਗਰ ਬਣਾਂ। ਸਕੂਲ ਕਿਹੜੇ 'ਚ ਪੜ੍ਹਦੇ ਹੋ ਤੁਸੀਂ? ਮੈਂ ਸਕੂਲ ਜੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ 'ਚ ਪੜ੍ਹਿਆ। ਕਿਹੜੀ ਕਲਾਸ? ਮੈਂ 9th 'ਚ। ਜਿਹੜੇ ਤੁਹਾਡੇ ਨਾਲ ਦੇ ਕਲਾਸ ਦੇ ਜਿਹੜੇ ਕਲਾਸਮੇਟ ਹੈ ਉਹ ਕੀ ਮਹਿਸੂਸ ਕਰਦੇ ਹੋ? ਮੈਂ ਜੀ ਅੱਜ ਸਕੂਲ ਨਹੀਂ ਗਿਆ, ਜਦੋਂ ਸਕੂਲ ਜਾਵਾਂਗੇ ਫਿਰ ਹੀ ਪਤਾ ਚੱਲੇਗਾ। ਕੀ ਲੱਗਦਾ ਤੁਹਾਨੂੰ ਵੀ ਜਿਵੇਂ ਕਿਹੜੀ ਗੱਲ ਤੁਹਾਨੂੰ ਆਪਦੇ ਆਪ ਨੂੰ ਪਤਾ ਮਹਿਸੂਸ ਕਰੋ ਤੁਹਾਡੇ ਨਾਲ? ਬਿਲਕੁਲ ਜੀ ਬਿਲਕੁਲ ਜੀ, ਉਹ ਤਾਂ ਲੱਗੇਗਾ ਹੀ, ਜਿੱਦਾਂ ਪਹਿਲਾਂ ਰਹਿੰਦੇ ਸੀ ਉਹ ਤੋਂ ਬਿਲਕੁਲ ਚੇਂਜ ਹੋ ਗਿਆ, ਹੁਣ ਜਾ ਕੇ ਪਤਾ ਚੱਲੇਗਾ ਕੀ ਸਾ ਹੈ। ਅਤੇ ਪਿੰਡ ਵਾਲੇ ਵੀ ਜਿਹੜੇ ਹੈਗੇ ਤੁਹਾਡੇ ਨਾਲ ਹੁਣ ਮਹਿਸੂਸ ਕਰਦੇ ਵੀ ਸੈਲਫੀ ਖਿਚਾਈਏ ਇਸ ਕਾਰਨ? ਬਿਲਕੁਲ ਜੀ, ਉਹ ਤਾਂ ਜਦੋਂ ਮੈਂ ਪਹਿਲਾਂ ਰਾਊਂਡ ਕਰਕੇ ਆਇਆ ਉਦੋਂ ਤੋਂ ਹੀ ਮੇਰੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦੇ।